आज गल करांगे असीं शुगर दे उत्ते। शुगर बड़ी नामराद बीमारी है, ठीक है जी। बहुत लोग तो तंग हो रहे ने, छोटे बच्चों नूं भी शुगर होने लग गई, तो इहदे तों किवें बचिए, की इहदा इलाज है, की तुसीं सलाह दिंदे हो? इहदे वास्ते सब तो सलाह बेहतर यह है भी मिठे दे परहेज कर लो। मिठा जिहड़ा हैगा, शक्कर विच भी शुगर हैगी घट्ट, वैसे गुड़ विच भी है, तो चीनी जिहड़ी उहनूं कहिंदे शुगर, जिहड़ी चीनी आ बिल्कुल शुगर आ जी, इहदा परहेज कर लो बिल्कुल। जिहड़ा शुगर चीनी नहीं वरतूगा उहनूं शुगर बहुत डाउन आ जाणी आ, लेकिन पूरी नहीं डाउन आऊगी, क्योंकि कोई ना कोई शक्कर खा ली, गुड़ खा लिया, या कुछ जिस तरह उड़दी दी दाल आ, बाजी दी दाल आ, उहदे विच शुगर हुंदी आ। अच्छा जी। आलू भी शुगर हुंदी आ, सब्जी खाने आप आलूआं दी, उहदे विच शुगर हुंदी आ। उड़दी दाल जिहनूं मांह कहिंदे ने, उह शुगर हुंदी आ। ਇਹ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਜ਼ਰੂਰੀ ਆ, ਜੇ ਡਾਇਬਟੀ ਤੋਂ ਸ਼ੂਗਰ ਤੋਂ ਬਚਣਾ ਜ਼ਰੂਰੀ ਹੈ। ਜਿਹੜਾ ਹੈਗਾ ਬਾਥੂ, ਉਹਦੇ ਵਿੱਚ ਐਰਨ ਹੁੰਦੀ ਆ, ਉਹ ਆਪਾਂ ਸਾਗ ਬਣਾਉਂਦੇ ਹਾਂ, ਜੇ ਬਾਥੂ ਇਹਦੇ ਮਿਲ ਗਿਆ ਤਾਂ ਉਹਦੇ ਵਿੱਚ ਸ਼ੂਗਰ ਨਹੀਂ ਰਹਿੰਦੀ। ਅੱਛਾ ਜੀ। ਉਹ ਸ਼ੂਗਰ ਰਹੇ ਤਾਂ ਉਹਦੇ ਬਾਥੂ ਜ਼ਰੂਰ ਪਾਓ ਸਾਗ ਦੇ ਵਿੱਚ, ਨਹੀਂ ਤਾਂ ਉਹ ਥੋੜ੍ਹਾ ਜਿਹਾ ਵਾਰਾ ਬਾਜੀ ਹੋ ਜਾਂਦਾ, ਉਸ ਜਿਹੜਾ ਬਾਥੂ ਆ ਉਹ ਤਰ ਗਰਮ ਹੁੰਦਾ, ਉਹ ਉਹਦੇ ਵਿੱਚ ਐਰਨ ਹੁੰਦੀ ਆ, ਅਤੇ ਉਹ ਆਇਰਨ ਲੋੜ ਹੁੰਦੀ ਆ ਜੀਵ ਨੂੰ, ਬੰਦੇ ਹਰ ਬੰਦੇ ਨੂੰ ਚਾਹੁੰਦੀ ਵੀ ਆਇਰਨ ਮੇਰਾ ਘਟੇ ਨਾ, ਪਰ ਖੂਨ ਮਤਲਬ ਘਟੇ ਨਾ, ਕਿ ਇਹਨਾਂ ਚੀਜ਼ਾਂ 'ਚ ਆਇਰਨ ਹੈ। ਅਤੇ ਸਾਗ ਖਾਓ, ਉਹਦੇ ਵਿੱਚ ਜਿਹੜਾ ਪਾਉਣਾ ਤੜਕਾ ਲਾਉਣਾ ਅਦਰਕ ਦਾ, ਲਸਣ ਦਾ ਨਹੀਂ ਲਾਉਣਾ। ਅਦਰਕ ਦਾ ਲਾਉਣਾ, ਲਸਣ ਦਾ ਨਹੀਂ ਲਾਉਣਾ? ਨਾ, ਲਸਣ ਦਾ ਨਹੀਂ ਲਾਉਣਾ। ਜਿਹਨੂੰ ਸ਼ੂਗਰ ਆ ਨਾ, ਅਤੇ ਉਹ ਜਿਹੜਾ ਲਸਣ ਹੈਗਾ ਉਹ ਬੰਦਾ ਤਾਂ ਖਾ ਸਕਦਾ ਜੇ ਉਹਦੇ ਅਨੁਕੂਲ ਹੈ। ਕਿਸੇ ਨੂੰ ਅੱਜ ਕੱਲ੍ਹ ਕਿਸੇ ਨੂੰ ਵਾਧੀ ਜ਼ਿਆਦੇ ਆ, ਕਿਸੇ ਨੂੰ ਗਰਮੀ ਵਾਧੀ ਆ, ਉਹ ਫਿਰ ਜੇ ਲਸਣ ਹੋਰ ਖਾ ਲਿਆ ਗਰਮੀ ਹੋਰ ਵੱਧ ਗਈ, ਤਾਂ ਵਾਧੀ ਜਿਹੜੀ ਵਿੱਚ ਮਿਲ ਗਈ ਉਹਦੀ ਫਿਰ ਪੋਇਜ਼ਨ ਬਣ ਗਈ, ਜੋੜਾਂ 'ਚ ਬੈਠ ਜਾਂਦਾ, ਉਹਦੇ ਗਠੀਆ ਬਣ ਜਾਂਦਾ ਬਾਅਦ 'ਚ, ਇਸ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ। ਇਸ ਤੋਂ ਬਚਣ ਵਾਸਤੇ ਜਿਹੜਾ ਤੁਸੀਂ ਸਾਗ ਖਾਣਾ, ਉਹਦੇ ਵਿੱਚ ਜਿਹੜਾ ਤੜਕਾ ਲਾਉਣਾ ਉਹ ਲਸਣ ਦਾ ਨਹੀਂ ਲਾਉਣਾ, ਪਿਆਜ਼ ਦਾ ਲਾਉਣਾ, ਅਤੇ ਉਹਦਾ ਲਾਉਣਾ ਅਦਰਕ ਦਾ, ਉਹਦਾ ਤੜਕਾ ਲਾ ਲਓ, ਉਹਨੂੰ ਖਾਓ, ਕੋਈ ਸਾਈਡ ਇਫੈਕਟ ਨਹੀਂ ਉਹਦਾ। ਇੱਕ ਗੱਲ, ਦੂਸਰਾ ਸ਼ੂਗਰ ਵਾਸਤੇ ਅੱਜ 90% ਮਤਲਬ ਸ਼ੂਗਰ ਆ ਦੁਨੀਆ ਨੂੰ। ਆਲੂ ਵਿੱਚ ਵੀ ਸ਼ੂਗਰ ਹੈਗੀ ਆ, ਗੰਨੇ ਵਿੱਚ ਸ਼ੂਗਰ ਆ, ਰਸ ਵਿੱਚ ਆ, ਸ਼ੱਕਰ ਖੰਡ ਤਾਂ ਹੈਗੀ ਸ਼ੂਗਰ, ਅਤੇ ਇਸ ਕਰਕੇ ਨਾ ਵੀ ਸ਼ੂਗਰ ਨਾ ਹੋਏ, ਇਹਨੂੰ ਯੂਜ ਕਰੋ। ਸ਼ੂਗਰ ਦਾ ਮਰੀਜ਼ ਕਦੇ ਇਹਨਾਂ ਚੀਜ਼ਾਂ ਨੂੰ ਯੂਜ ਕਰਿਆ, ਜੀਵ ਦਾ ਸਵਾਦ ਛੱਡ ਦੇਵੇ, ਉਹਨੇ ਚੰਗਾ ਰਹਿਣਾ, ਜ਼ਿੰਦਗੀ ਸੁੱਖ ਦੀ ਭੋਗਣੀ ਆ, ਇਹਨਾਂ ਚੀਜ਼ਾਂ 'ਤੇ ਪਰਹੇਜ਼ ਕਰੋ। ਅਤੇ ਅੱਜ ਕੱਲ੍ਹ ਨੌਜਵਾਨਾਂ 'ਚ ਬੱਚਾ ਵੀ ਹੋਣ ਲੱਗ ਗਈ, ਨੌਜਵਾਨ ਜਿਹੜਾ ਬੱਚਾ, ਬੱਚੇ ਨੂੰ ਸ਼ੂਗਰ ਕਿਉਂ ਹੁੰਦੀ ਆ, ਉਹਦੀ ਮਦਰ ਜਿਹੜੀ ਹੈ ਜਿਹਦਾ ਦੁੱਧ ਪੀਂਦਾ ਬੱਚਾ, ਜਾਂ ਡੰਗਰ ਨੂੰ ਅਸੀਂ ਜੋ ਪੱਠੇ ਪਾਉਂਦੇ ਹਾਂ, ਅੱਜ ਗੰਨਾ ਪਾ ਦਿੰਦੇ ਵੱਢ ਕੇ, ਉਹ ਜਿਹੜੇ ਦੁੱਧ ਵਿੱਚ ਵੀ ਸ਼ੂਗਰ ਜਾਂਦੀ ਹੈ, ਫਿਰ ਜਿਹੜਾ ਡੰਗਰਾਂ ਨੂੰ ਜੋ ਗੰਨਾ ਪਾਉਂਦੇ ਨਾ, ਉਹ ਜੀਵਦਾਰ ਵੱਢ ਕੇ, ਉਹਦੇ ਵਿੱਚ ਸ਼ੂਗਰ ਦੁੱਧ ਵਿੱਚ ਆਉਂਦੀ ਆ, ਉਹਦੇ ਬਹੁਤ ਪਰਹੇਜ਼ ਕਰਨ ਦੀ ਲੋੜ ਆ। ਦੁੱਧ ਪੀਓ ਤੁਸੀਂ, ਬੱਕਰੀ ਦਾ ਜ਼ਿਆਦਾ ਪੀਓ, ਬੱਕਰੀ ਜਿਹੜੀ ਹੈਗੀ ਆ ਉਹਦਾ ਦੁੱਧ ਸਭ ਤੋਂ ਕੀਮਤੀ ਮੰਨਿਆ ਜਾਂਦਾ, ਕਿਉਂਕਿ ਬੱਕਰੀ ਨੇ ਹਰ ਚੀਜ਼, ਅੱਕ ਵੀ ਖਾਣਾ ਉਹਨੇ, ਕੌੜੀ ਤੋਂ ਕੌੜੀ ਚੀਜ਼ ਵੀ ਖਾਣੀ ਆ, ਅਤੇ ਉਹਨੇ ਸਾਰਾ ਤਰ੍ਹਾਂ ਤਰ੍ਹਾਂ ਦੀ ਜੜੀਆਂ ਬੂਟੀਆਂ ਖਾਣੀਆਂ, ਪਹਾੜ ਵੀ ਜਿਹੜੇ ਚੁੱਕ ਕੇ ਆਉਂਦੀਆਂ। ਉਹ ਦੁੱਧ ਕਿਸੇ ਸ਼ਰਤ 'ਤੇ ਵੀ ਮਿਲ ਜਾਓ, 200 ਰੁਪਏ ਕਿਲੋ ਮਿਲਵੇ, ਤਾਂ ਵੀ ਤੁਹਾਡੀ ਸ਼ੂਗਰ 'ਤੇ ਕੰਟਰੋਲ ਕਰੂਗਾ, ਅਤੇ ਉਹਦੇ ਖੂਨ ਪੈਦਾ ਕਰੂਗਾ, ਅਕਲ ਦਿਮਾਗ ਨੂੰ ਬਹੁਤ ਵਾਧਾ ਕਰੂਗਾ। ਬੱਕਰੀ ਦਾ ਦੁੱਧ ਸਭ ਤੋਂ ਬਿਹਤਰ ਮੰਨਿਆ, ਦੂਏ ਨੰਬਰ 'ਤੇ ਗਊ ਦਾ ਦੁੱਧ ਆ। ਅਤੇ ਗਊ ਵੀ ਮਤਲਬ ਕੋਈ ਐਸੀ ਚੀਜ਼ ਉਹਨੂੰ ਪਾਓ, ਪੱਠੇ ਐਸੇ ਪਾਓ, ਬਰਸੀਣ ਹੈ, ਹੁਣ ਬਰਸੀਣ ਨੂੰ ਜਿਸ ਜਿੰਨਾ ਯੂਰੀਆ ਦੇਈ ਜਾਂਦੇ ਨੇ, ਚਾਰਾ ਹੋਇਆ ਨਹੀਂ, ਹਰਿਆਈ ਨਹੀਂ, ਡੰਗਿਆਂ ਨੂੰ ਦੇਹ ਯੂਰੀਆ, ਦੇਹ ਯੂਰੀਆ, ਉਹਦੇ ਨਾਲ ਕੀ ਵਾਧਾ, ਉਹਦੇ ਨਾਲ ਉਹਦਾ ਸ਼ੂਗਰ ਵੀ ਵੱਧਦੀ ਆ, ਕੋਲੈਸਟਰੋਲ ਵੀ ਵੱਧਦਾ, ਹਾਂ ਵੱਧਦਾ, ਬਹੁਤ ਵੱਧਦਾ। ਅਤੇ ਇਹਨਾਂ ਚੀਜ਼ਾਂ 'ਤੇ ਪਰਹੇਜ਼ ਕਰਨ ਦੀ ਲੋੜ, ਜਿਹੜਾ ਜ਼ਿਮੀਂਦਾਰ 'ਤੇ ਉਹ ਕਰੋ, ਕੋਸ਼ਿਸ਼ ਕਰੋ, ਜਿਹੜਾ ਦੁੱਧ ਲੈਂਦੇ ਆ ਉਹ ਕਿਸੇ ਜ਼ਿਮੀਂਦਾਰ 'ਤੇ, ਉਹ ਤੋਂ ਲਓ ਵੀ ਤੂੰ ਕਿੰਨਾ ਕੁ ਯੂਰੀਆ ਪਾਉਂਦਾ ਭਾਈ। ਅੱਛਾ, ਜਿਹਨੂੰ ਹੁਣ ਸ਼ੂਗਰ ਹੋ ਗਈ, ਇਹ ਪ੍ਰੋਗਰਾਮ ਦੇਖ ਰਿਹਾ ਸਾਡਾ, ਉਹ ਦੂਰ ਬੈਠਾ ਕਿਤੇ, ਠੀਕ ਹੈ, ਤਾਂ ਉਹਨੂੰ ਦੱਸੋ ਵੀ ਘਰੇਲੂ ਕਿਹੜਾ ਤਰੀਕਾ ਅਪਣਾ ਕੇ, ਕਿੱਦਾਂ ਦੀ ਖੁਰਾਕ ਖਾ ਕੇ, ਜਾਂ ਕਿਹੜੀ ਦਵਾਈ ਬਣਾ ਕੇ ਘਰ ਆ, ਉਹ ਸ਼ੂਗਰ ਤੋਂ ਫਾਇਦਾ ਲੈ ਸਕਦਾ। ਬਾ, ਮੈਂ ਹੁਣ ਸ਼ੂਗਰ ਦਾ ਨੁਸਖਾ ਹੀ ਦੱਸਣ ਲੱਗਾ, ਸਾਰੇ ਵਰਲਡ ਚਲੇ ਜੇ। ਹਾਂਜੀ, ਇਹ ਅਦਿਓ ਇਸ ਨੂੰ, ਠੀਕ ਹੈ ਜੀ। ਸ਼ੂਗਰ ਦੇ ਵਾਸਤੇ ਬਹੁਤ ਬਿਹਤਰੀਨ ਮਤਲਬ ਨੁਸਖਾ, ਗੁੜਮਾਰ ਬੂਟੀ 12 ਮਾਸੇ ਲੈਣੀ ਆ। ਗੁੜਮਾਰ ਬੂਟੀ 12 ਮਾਸੇ? 12 ਮਾਸੇ ਲੈਣੀ ਆ, 12 ਤੋਲ ਰੱਖਣਾ ਮੈਂ ਮਾਸਿਆਂ ਦੇ ਹਿਸਾਬ ਨਾਲ, ਠੀਕ ਹੈ ਜੀ। ਅਤੇ 12 ਮਾਸੇ ਗੁੜਮਾਰ ਬੂਟੀ, ਉਹ ਤੋਂ ਬਾਅਦ ਬੰਗਾਲੀ ਇਮਲਾ ਹੁੰਦਾ ਬੜਬੜਾ, ਬੰਗਾਲੀ ਇਮਲਾ, ਬੰਗਾਲੀ ਇਮਲਾ, ਹਾਂ, ਇੱਕ ਇਮਲੀ ਹੁੰਦੀ ਆ, ਇੱਕ ਇਮਲਾ ਹੁੰਦਾ, ਇਹ ਪੰਸਾਰੀ ਤੋਂ ਮਿਲ ਜੂ, ਹਾਂ ਪੰਸਾਰੀ ਤੋਂ ਮਿਲਦੇ ਆ, ਪੰਸਾਰੀ ਤੋਂ ਲਓ, ਬੰਗਾਲੀ ਇਮਲਾ ਬੜਾ ਬੜਾ ਹੁੰਦਾ ਹੈ, ਇਹ ਇੱਕ ਇਮਲਾ ਜਿਹੜਾ ਹੈਗਾ ਕਮ ਸੇ ਕਮ 10-12 ਗ੍ਰਾਮ ਦਾ ਹੁੰਦਾ, ਉਹਦੀ ਜਿਹੜੀ ਸਕਿੰਨ ਆ ਵਿੱਚ, ਉਹਦੀ ਸਕਿੰਨ ਉੱਪਰ ਦੀ ਲਾਹਣੀ, ਉਹਦੇ ਗੁੱਦ ਲੈਣੀ ਆ 12 ਮਾਸੇ, 12 ਮਾਸੇ ਗੁੜਮਾਰ ਬੂਟੀ ਹੋ ਗਈ, 12 ਮਾਸੇ ਮਤਲਬ ਉਹਦਾ ਗੁੱਦ ਹੋ ਗਿਆ ਬੰਗਾਲੀ ਇਮਲੇ ਦਾ, ਇਹ ਲਿਖ ਲੈਣ ਲੋਕੀ ਹੈ ਨਾ ਆਪਣੇ ਕੋਲ ਕਾਪੀ ਲੈ ਕੇ, ਇਹ ਸ਼ੂਗਰ ਦਾ ਦੱਸ ਰਿਹਾ ਮੈਂ, ਠੀਕ ਹੈ ਜੀ। ਉਹ ਤੋਂ ਬਾਅਦ ਰੀਠੇ ਕਾਲੇ ਹੁੰਦੇ ਨੇ,
रीठे काले रीठे मिल जाते हैं तो कपड़े धोते तो सेलर होंगे उपर वो सेलर का होर काम आजगा कपड़े धोने तो गर्म कपड़े धोते तो वो रीठे ले लो ऐसा देंदे नहीं पर सारी वैसे वो कहते मीठे वाधू ले लो उपरली सकेन जोड़े कपड़े धोने तो काम ले लू गर्म कपड़े बाकी जो काला रीठा बेचो काले रीठे के आवागिरी कढ़नी है काले रीठे काले गिरे उठो 12 मासे होगी ये 10 मासे लेनी है काले रीठे की गिरी लेनी बिचों ठीक है पीली पीली होंगी है वो तीन चीज़ा हो गई इन चीज़ों बिल्कुल कुट के ऐसी चीज़ बनाओ कपड़ छाण वर्गी बन जाए कुट लो जाते जाते काले रीठे की गिरी लेनी कि लेनी है ਅੱਗੋਂ 10 ਗ੍ਰਾਮ ਲੈਣੀ ਉਹ 12-12 ਇਹ 10 ਗ੍ਰਾਮ ਠੀਕ ਹੈ ਬੇਨਤੀ ਕੀਤੀ ਮੈਂ ਦੱਸਿਆ ਪਹਿਲਾਂ ਉਹ ਤੋਂ ਬਾਅਦ ਇਹਨੂੰ ਕੁੱਟ ਕੇ ਮਹੀਨ ਜਿੰਨੀ ਜ਼ਿਆਦਾ ਮਹੀਨ ਕਰੇਗੀ ਉਨੀ ਖੂਨ 'ਚ ਜਾਊਗੀ ਇਹ ਕਿਉਂਕਿ ਖੂਨ ਦੀ ਬਲੱਡ ਜਿਹੜੀ ਆ ਬਾਥਰੂਮ ਪਿਸ਼ਾਬ 'ਚ ਹੁੰਦੀ ਆ ਜਾਂ ਫਿਰ ਬਲੱਡ 'ਚ ਹੁੰਦੀ ਆ ਇਹ ਜਿੰਨੀ ਇਹਨੂੰ ਬਰੀਕ ਕਰ ਲਓਗੇ ਉਨੀ ਇਹ ਬਲੱਡ 'ਚ ਜਾਊਗੀ ਇਹ ਤਿੰਨੇ ਚੀਜ਼ਾਂ ਕੁੱਟ ਲੈਣੀਆਂ ਚੰਗੀ ਤਰ੍ਹਾਂ ਕੁੱਟ ਲੈਣੀਆਂ ਬਿਲਕੁਲ ਪਾਊਡਰ ਬਣਾ ਲੈਣਾ ਇਹਦਾ ਬਣਾ ਕੇ ਇਹਦੇ ਵਿੱਚ ਫਿਰ ਤੁਸੀਂ 10 ਗ੍ਰਾਮ ਲੋਹ ਪਸਮ ਪਾਉਣੀ ਆ ਬੈਦਨਾਥ ਦੀ मेरे को मैं तो लोह पसम आप मारदा सारा ही मतलब ताता मैं खुद मारदा चांदी सोना जो मेरी लोड़ पैंती है मैं आप तैयार करदा मेरे हत्थी है मेरा सन्यास का कोर्स है तो ये मैं मतलब जोड़ी लोह पसम आ मेरे को बिल्कुल शुद्ध पई है पर हुण मेरे जोगी रह गई मैं दे बैठा लोगों को दो दो किलो मेरे तो लै गए हुण मेरे को अपने अनुसार है तो यह बैद्यनाथ जी लोह पसम लै लेनी 10 ग्राम ठीक है वह 12-12 मासे हो गए ये 10 ग्राम लड़ी है लोह पसम बैद्यनाथ रीठे भी 10 ग्राम हाँ रीठे भी 10 ग्राम काले रीठे हाँ रीठे भी 10 ग्राम लोह पसम भी 10 ग्राम वो दो चीज़ा 12-12 वास्ते है ठीक है तो लैके इन्हों बिल्कुल कपड़ छाण वरिया करके को बना लो यदा पानी नाल जितना आटा बीबिया गुन दियाँ थोड़ा थोड़ा पानी पा के सारिया चीज़ों कट्ठिया गोलियां बना लो अच्छा जी ये गोलियां ये छड़ दिन का कोर्स हो गया यह जो कोर्स में तो तीन करने 22-22 दिन एक 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 कोर्स हो गया 22 दिन का यह जी मैं लिखाया थोड़ा हूँ दसिया पहला कोर्स है यह पहला कोर्स है 22 दिन का 22 दिन वास्ते गोलियां बना लेनी आप अगर साढ़े तो गोलियां वाधू बन गई तो वह सहे की मिंगण कदे देखनी है या कोई छोटा हरजन मतलब गोलियां का कोर्स बनो भी बाय सारिया गोलियां 22 बन जाए 22 बहुत व्डिया बन जा लेकिन जो गोलियां 40-45 बन गई तो इनू 22 दिन तकसीम कर लो बस ठीक है पानी ना लेनिया खाण पीने तो बाद 2 घंटे बाद लेनी है खाली पेट नहीं गोली लेनी कदे भी किनिया गोलियां खानी है 22 दिन का कोर्स हो गया एक नहीं दिन विच किन्नी बार खानी है जिन्ने देखो गोलियां ज्यादा बन गया है तो 22 दिन 22 गोलियां कहने बड़ी बन जाती है हुण बच्चे ने भी शुगर है आप 22 दिन का कोर्स है मतलब 22 दिन तकसीम कर अगर गोली छत 40-50 बन गई 2 बन दी 2.5 बैठ दी 3 बैठ दी इदा कर लो ठीक है 22 दिन च मकानी है 22 दिन च मकानी है ठीक है अगर ये डाउन आ गई तो जिस बंदे ने नुस्खा शुरू करना उसकी पाउंड में शुगर होनी चाहिए ठीक है खंड होनी चाहिए 5-4 ग्राम उन्होंने चक्कर जाऊगा फिर कई बार बंदा डिग पैंदा जां शुगर डाउन हो जाती है जे 45-60 तो थले नहीं आनी चाहिए फिर घबराहट जी होने लग जाती है जब 45 के थले फिर डिग साधना बंदा नहीं फिर उन्होंने डोज घटानी पेगी फिर जे इदा हो किसी नाल जे इस तरह होट जाए शुगर हाँ तो हिसाब न एडजस्ट करनी पेगी डोज हाँ मैं फिर दसदा थानू मतलब वो शुगर पाउंड में शुगर होनी चाहिए 10 ग्राम रखे 5-7 ग्राम रखे अपने नाल रखे हर हाँ जब हाँ बिल्कुल पाउड होनी चाहिए जो ये नुस्खा शुरू करना मेरा लिखा वा तो उस वे पाउड वो मिठा होना चाहिए जो देखा मेरी चक्कर जहाँ तो समझ शुगर घट गई वो मिठा पा लो उन्होंने बंद कर दो गोलियां बंद कर दो फिर 2-4 दिन का नागा पा दो फिर गोली ले लो ठीक है इदा नागा पा दो कदों ले लो कदों नागा पा दो कदों ले लो पहले कोर्स में डाउन आने लग गई अगर डाउन होंगी नहीं फिर तुम रेगुलर चालू रखो इस गोलियां बाद नहीं करनी है दूसरा कोर्स आ गया वो डाउन आ गई फिर घटा दो नागा पा दो 3 दिन का नागा फिर ले लो तो 22 दिन की दवाई खाने तो बाद अगला फिर पड़ाओ दूजा अगला फिर दूजा तैयार हो दूसरा नुस्खा यही नुस्खा के बनाना नवा ही है बनाना नवी चीज़ा यही है ठीक है 22 दिन दी बनाउणी है ठीक है बना के गोलियां एक्सपायर हो जांदी है 22 दिन तो बाद अच्छा जी हां ये सलाबे भी 7 महीने तो बनाउणी नहीं चाहिए मतलब ये नहीं भी पहला कठियां बना के रख लो ना ये नहीं करना ठीक है 22 दिन दी तैयार करनी है इहनू सलाबा हो जांदा जी पावर घट जांदी है ठीक हो गया ते बाकी बरसात दे दिनां ते बनदी नहीं क्योंकि जिहड़ी गुड़मार बूटी है वो इन्नी कपड़छाण नहीं होंदी वो सलाबी जांदी है सुक्के मौसम च बननी है सुक्के मौसम बननी है सुके मौसम बनानी है तिने कोर्स 22-22 दिन के बनाने 22-66 दिन की शुगर नहीं डाउन आई बिच तो 66 दिन पूरे कर दो
एक किस्म चंगी नूं भाई पूरे कर दो दे विच 10 ग्राम तो पैदे करनी है थोड़ी लो पसम तो 12-12 मास होगी ठीक हो गए तो वो थोड़ा खून आ 10-10 ग्राम 3 दफा लिया होया 30 ग्राम हो गया जी 30 ग्राम हो गया 30 ग्राम हो गया ना 30 ग्राम थोड़ा खून बदल जाना खून बदल देना सारी उंज भी ताकत भी आज शरीर हाँ जी ताकत हो जानी भी शुगर डाउन हो गई फिर लत्त नहीं फुलदियाँ फलाना नहीं होंगे हट जाना ही अच्छा फिर जो 66 दिन का कोर्स 3 बारी कर लिया पूरा हो गया बस पूरा हो गया शुगर डाउन हो गई बस खत्म हो गई फिर नहीं होनी फिर परहेज एक साल रखना था पूरा परहेज एक साल होर रखना हाँ एक साल है पूरा जब तो शुरू करिया साल गिन लो बिच ही तो एक साल पूरा इहदा कोर्स रखो डाउन हो गई इन्ने चिर च 66 दिन पूरी हो गई तो फिर एक साल पूरा कर दो परहेज का ठीक है बस जो अगे रखते हो तो बाद जो मर्जी खाई जाओ ये खटिया ही नहीं खानी जब कोर्स करना खटाई तो दूर रहना खटाई नहीं खानी क्योंकि ये कुश्ते पै गया मारिया वा एरन है कुश्ता ठीक है उन्हें कट देनी उन्हें असर होने देना खटाई नहीं खानी बिल्कुल कोई चार अंब का गल गल का नींबू का कासा नहीं खाना तो सिरके की कोई चीज़ नहीं खानी ये ठीक है इन रेगुलर चालू रखो जिदन 66 दिन का कोर्स पूरा हो गया रब की कृपा फिर थोड़ा पूरा खून बदल गया कोई जरूरत ही नहीं दवाई करने की वाह जी वाह परहेज पूरा रखना मतलब कि 66 दिन की तुम दवाई देती 22 या 66 हाँ ठीक है ना जी 22 दिन के 3 कोर्स है बस फार्मूला सेम रहना एक ही हाँ 66 दिन पूरा हो जाना ब्लड नवा नवा पैदा करना जो एंड पाई बिच उन्हें पूरा कर देना 66 दिन अपना फोन नंबर बोल के दस दो एक बार 97-813-058-20 97-813-058-20 थोड़े बेटा जी सतवीर सिंह जी का जो नंबर है 88-472-85-772 है ओके ठीक मैं दोबारा बोलदा एक बार 88-472-85-772 ये थोड़े बेटा जी का नंबर है इतने